ਸਵਾਲ ਪੁੱਛਣ ਤੇ ਬੀਬੀ ਭੱਠਲ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਤੇ ਸਿਆਸਤ ਗਰਮਾ ਗਈ ਹੈ। ਅਕਾਲੀ ਦਲ ਨੇ ਇਸ ਨੂੰ ਲੋਕਤੰਤਰ ਤੇ ਵਾਰ ਕਰਾਰ ਦਿੱਤਾ ਹੈ। ਸੰਗਰੂਰ ਤੋਂ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਦੇ ਹੋਏ ਚੋਣ ਕਮਿਸ਼ਨ ਨੂੰ ਅਜਿਹੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲੈਣ ਦੀ ਮੰਗ ਕੀਤੀ ਹੈ। ਬੀਬੀ ਰਜਿੰਦਰ ਕੌਰ ਭੱਠਲ ਜੀ ਨੇ ਇੱਕ ਨੌਜਵਾਨ ਤੇ ਥੱਪੜ ਮਾਰਿਆ, ਬੜੀ ਮੈਂ ਸਮਝਦਾ ਸ਼ਰਮਨਾਕ ਗੱਲ ਹੈ ਕਿ ਐਡੇ ਵੱਡੇ ਲੀਡਰ ਵੱਲੋਂ ਇੱਕ ਬੱਚੇ ਨੂੰ ਜਿਹੜਾ ਆਪਦੇ ਪਿੰਡ ਦਾ ਕੋਈ ਸਮੱਸਿਆ ਬਾਰੇ ਪੁੱਛਣਾ ਚਾਹੁੰਦਾ ਸੀ, ਉਹਦੇ ਨਾਲ ਐਸੀ ਹਰਕਤ ਕਰਨਾ, ਇਹ ਲੋਕਤੰਤਰ ਵਾਸਤੇ ਵੀ ਮਾੜੀ ਗੱਲ ਹੈ ਅਤੇ ਖਾਸ ਤੌਰ 'ਤੇ ਇਲੈਕਸ਼ਨਾਂ ਦੇ ਵਿੱਚ ਜਿਹੜੀ ਘਟਨਾ ਹੋਈ ਹੈ, ਇਸ ਤਰੀਕੇ ਨਾਲ ਵੋਟਾਂ ਨਹੀਂ ਮਿਲ ਸਕਦੀਆਂ। ਆਖਿਰ ਅਸੀਂ ਲੋਕਾਂ ਨੂੰ ਜਵਾਬ ਦੇ ਹਾਂ, ਸਾਨੂੰ ਜਵਾਬ ਦੇਣਾ ਬਣਦਾ, ਪਰ ਜੇ ਉਹਨਾਂ ਨੇ ਜਵਾਬ ਨਹੀਂ ਵੀ ਦੇਣਾ ਸੀ ਤਾਂ ਉਹਨਾਂ ਨੂੰ ਘੱਟੋ ਘੱਟ ਥੱਪੜ ਮਾਰਨ ਦਾ ਕੋਈ ਅਧਿਕਾਰ ਨਹੀਂ ਹੈ। ਮੈਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਕਿ ਐਸੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਨੋਟਿਸ ਲੈ ਕੇ ਉੱਤੇ ਜੋ ਬਣਦੀ ਕਾਰਵਾਈ ਕਰਨੀ ਚਾਹੀਦੀ। ਦੱਸ ਦਈਏ ਕਿ ਨੌਸ਼ਹਿਰਾ ਵਿਖੇ ਚੋਣ ਪ੍ਰਚਾਰ ਦੌਰਾਨ ਇੱਕ ਨੌਜਵਾਨ ਵੱਲੋਂ ਸਵਾਲ ਪੁੱਛੇ ਜਾਣ ਤੋਂ ਭੜਕੇ ਮੈਡਮ ਰਜਿੰਦਰ ਕੌਰ ਭੱਠਲ ਨੇ ਉਸ ਨੌਜਵਾਨ ਦੇ ਥੱਪੜ ਮਾਰ ਦਿੱਤਾ ਸੀ। ਬਰਨਾਲਾ ਤੋਂ ਪੁਨਿਤ ਮਾਨ, ਜਗਬਾਣੀ ਟੀਵੀ।